ਚਲੋ ਸਾਰੀ ਬਾਈਕ ਨਾ ਮੈਟੀ ਮੈਟੀ ਆ ਅਤੇ ਹੁਣ ਐਡਜਸਟੇਬਲ ਆ ਗਿਆ ਵਾ, ਹੋਰ ਅੱਗੇ ਪੁੱਛ ਹੋ ਜਾਂਦਾ ਵਾ। ਮੋਬਾਈਲ ਦੇ ਨਾਲ ਕਨੈਕਟ ਕਰਕੇ ਤੁਸੀਂ ਇੱਥੇ ਨੈਵੀਗੇਸ਼ਨ ਦੇਖ ਸਕਦੇ ਜੀ। ਸਾਰੇ ਹੀ LED ਟੋਟਲੀ ਆਪਣੇ ਆਪ 'ਚ ਬਹੁਤ ਹੀ ਇੱਕ ਟ੍ਰੈਂਡ ਆ ਵੀ। ਜਿਹੜਾ ਦਾ ਸਾਊਂਡ ਆ ਬਹੁਤ ਹੀ ਸੋਹਣਾ ਸਾਊਂਡ ਆ, BS6 ਫੇਸ 2 ਇੰਜਨ ਨੂੰ ਵੇਖਣ ਲਈ ਮਿਲ ਜਾਣਾ। ਹਾਂ ਜੀ, ਕਿੱਦਾਂ ਸਾਰੇ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਵੀਰ ਮੇਰੇ। ਆਪਾਂ ਜੀ ਤੁਹਾਡੇ ਲਈ ਫਿਰ ਇੱਕ ਲੈ ਕੇ ਆਏ ਵਲੋਗ ਬਹੁਤ ਹੀ ਸ਼ਾਨਦਾਰ, ਅਤੇ ਆਪਾਂ ਜਿਹਦੇ ਵਿੱਚ ਦਿਖਾਉਣ ਜਾ ਰਹੇ ਹਾਂ ਜੀ ਰੋਇਲ ਇਨਫੀਲਡ ਦੀ ਬਾਈਕ 350 ਕਲਾਸਿਕ ਸਟੀਲਥ ਬਲੈਕ, ਜਿਹੜਾ ਕਿ ਬਹੁਤ ਹੀ ਡਿਮਾਂਡ ਦੇ ਵਿੱਚ ਹੈਗਾ ਇਸ ਟਾਈਮ। ਆਹ ਤੁਸੀਂ ਬੈਕ 'ਤੇ ਚੈੱਕ ਕਰ ਸਕਦੇ ਜੀ, ਆਹ ਤੁਹਾਡੇ ਸਾਹਮਣੇ ਲੱਗਾ ਵਾ ਸਟੀਲਥ ਬਲੈਕ ਕਲਾਸਿਕ 350। ਤੁਸੀਂ ਲੁੱਕ ਚੈੱਕ ਕਰੋ ਸਭ ਤੋਂ ਪਹਿਲਾਂ ਬਾਈਕ ਦੀ, ਤੁਹਾਨੂੰ ਹੁਣ ਇਹਦੇ ਵਿੱਚ ਨਾਲ ਅਲੋਏ ਵੀਲਸ ਵੀ ਦੇਖਣ ਲਈ ਮਿਲ ਜਾਣੇ ਆ। ਅਤੇ ਇਹ ਹੈਗਾ ਵਾ ਕਲਾਸਿਕ 350 ਦਾ ਟੋਪ ਮਾਡਲ। ਅਤੇ ਕਈ ਜਣੇ ਨਾ ਬਾਹਰੋਂ ਪੈਸੇ ਦੇ ਕੇ ਆਪਣੀ ਬਾਈਕ ਨੂੰ ਮੈਟੀ ਮੈਟੀ ਕਰਾਉਂਦੇ ਆ, ਬਟ ਹੁਣ ਰੋਇਲ ਇਨਫੀਲਡ ਨੇ ਮੈਟ ਐਡੀਸ਼ਨ ਇੱਕ ਹਿਸਾਬ ਦਾ ਕੱਢਤਾ ਵਾ। ਆਦੀ ਦੇਖ ਸਕਦੇ ਜੀ ਟੈਂਕ ਵੀ ਇਹਦਾ ਸਾਰਾ ਮੈਟੀ ਹੈ, ਸਾਰੀ ਬਾਈਕ ਹੀ ਮੈਟੀ ਆ। ਤੁਸੀਂ ਦੇਖੋ ਆ ਬੈਕ 'ਤੇ ਵੀ ਦੇਖੋ, ਸਾਰਾ ਮੈਟੀ ਆ ਅਤੇ ਬਹੁਤ ਹੀ ਸੋਹਣੀ ਲੁੱਕ ਲੱਗਣ ਦੀ ਹੈ ਇਹਦੀ। ਅਤੇ ਅੱਜ ਨਾ ਤੁਹਾਨੂੰ ਇਹਦੇ ਬਾਰੇ ਆਪਾਂ ਦੱਸਾਂਗੇ ਕੁਛ ਫੀਚਰਸ, ਅਤੇ ਨਾਲ ਲਾਸਟ 'ਤੇ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਪ੍ਰਾਈਜ਼ ਵੀ। ਅਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਇਹਦੇ ਫਰੰਟ ਦੀ, ਫਰੰਟ 'ਤੇ ਨਾ ਹੁਣ LED ਲਾਈਟਸ ਆ ਗਈਆਂ ਨੇ 1, 2, ਅਤੇ ਦੈਨ ਇਹ ਵੀ ਹੈੱਡਲਾਈਟ, ਦੋਵੇਂ ਇੰਡੀਕੇਟਰ ਵੀ, ਟੋਟਲ 5 ਕਹਿ ਲਓ। ਅਤੇ ਜਿੰਨੇ ਵੀ ਲਾਈਟਸ ਫਰੰਟ 'ਤੇ ਹੈਗੀਆਂ ਵਾ ਸਾਰੀਆਂ ਹੀ LED ਤੁਹਾਨੂੰ ਇੱਥੇ ਮਿਲਣਗੀਆਂ। ਤੁਹਾਨੂੰ ਮੈਂ ਸਭ ਤੋਂ ਪਹਿਲਾਂ ਜਗਾ ਕੇ ਦਿਖਾਉਂਦਾ ਵਾਂ। ਆਹਦੀ ਦੇਖੋ ਹੁਣ, ਆਹਦੀ ਦੇਖੋ 1, 2, ਬਟ ਇਹ ਤੁਹਾਨੂੰ ਸਟਾਰਟ ਕਰਕੇ ਫਿਰ ਆਹਦੀ ਦੇਖੋ LED, ਹੁਣ ਇੰਡੀਕੇਟਰ ਵੀ ਆਪਾਂ ਜਗਾ ਦਈਏ। ਆਹਦੀ ਦੇਖੋ ਸਾਰੇ ਹੀ LED ਟੋਟਲੀ, ਇਹ ਵੀ ਬਹੁਤ ਹੀ ਸੋਹਣੇ ਲੱਗਦੇ ਆ ਰਾਤ ਨੂੰ ਜਦੋਂ ਬਲਿੰਕ ਕਰਦੇ ਆ, ਜਦੋਂ ਜਗਦੇ ਆ ਨਾ ਰਾਤ ਨੂੰ, ਬਹੁਤ ਸੋਹਣੇ ਲੱਗਦੇ ਆ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇਹਦੀ BHP ਜਿਹੜੀ ਇਹਦੀ ਹੈਗੀ ਆ 20 ਦੀ BHP ਆ, ਅਤੇ 27 NM ਦਾ ਹੈਗਾ ਇਹਦਾ ਟੋਰਕ। ਅਤੇ ਤੁਹਾਨੂੰ ਹੁਣ ਨਾ ਇਹਦੇ ਵਿੱਚ ਜਿਹੜੇ ਟਾਇਰ ਆ ਉਹ ਤੁਹਾਨੂੰ ਇਹਦੇ ਵਿੱਚ ਟਿਊਬਲੈਸ ਦੇਖਣ ਲਈ ਮਿਲ ਜਾਣੇ ਆ। ਸੀਟ ਦੇ ਇਹਦੇ ਹੈਗੇ ਆ ਟਾਇਰ, ਆ ਤੁਸੀਂ ਦੇਖੋ ਬੈਚਿੰਗ ਸੀਟ ਦੀ ਵਿਦ ਅਲੋਏ ਵੀਲ, ਅਤੇ ਵਿਦ ਡਿਸਕ ਬਰੇਕ ਤੁਹਾਨੂੰ ਫਰੰਟ 'ਤੇ ਵੀ, ਅਤੇ ਡਿਸਕ ਬਰੇਕ ਤੁਹਾਨੂੰ ਬੈਕ 'ਤੇ ਵੀ। ਜਿਹੜਾ ਫਰੰਟ ਟਾਇਰ ਹੈਗਾ ਉਹ ਹੈਗਾ 19 inches ਦਾ, ਬੈਕ ਟਾਇਰ ਹੈਗਾ 18 inches ਦਾ। ਅਤੇ ਬਾਕੀ ਤੁਸੀਂ ਬੈਕ 'ਤੇ ਵੀ ਦੇਖ ਸਕਦੇ ਜੀ ਕਲਾਸਿਕ ਦੇ ਐਜ ਇਟ ਇਸ ਗੋਲ ਲਾਈਟ, ਅਤੇ ਇਹ ਵੀ ਦੋਵੇਂ ਤੁਹਾਨੂੰ ਇਹਦੇ ਵਿੱਚ LED ਦੇਖਣ ਲਈ ਮਿਲ ਜਾਣੇ, ਇੰਡੀਕੇਟਰਸ ਵੀ। ਅਤੇ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਟੈਂਕ ਦੀ, ਆਹ ਟੈਂਕ ਦੀ ਸ਼ੇਪ ਚੈੱਕ ਕਰੋ, ਐਜ ਇਟ ਇਜ਼ ਹੀ ਕਲਾਸਿਕ ਵਾਂਗੂ। ਜਿਹੜੀ ਇਹਦੀ ਸੀਟ ਆ ਤੁਹਾਨੂੰ ਪਤਾ ਹੀ ਹੋਣਾ ਕਿ ਸੀਟ ਇਹਦੀ ਹੁੰਦੀ ਆ ਸਿੰਗਲ, ਜਿਹੜੀ ਕਿ ਕਲਾਸਿਕ ਦੇ ਵਿੱਚ ਆਉਂਦੀ ਆ, ਜਿਹੜੀ ਹੁੰਦੀ ਸਟੈਂਡਰਡ ਦੇ ਵਿੱਚ ਤੁਹਾਨੂੰ ਕੰਪਲੀਟ ਇੱਕ ਮਿਲ ਜਾਂਦੀ ਆ, ਬਟ ਇਹਦੇ ਵਿੱਚ ਸਿੰਗਲ ਆ। ਇਹ ਵੀ ਇੱਕ ਆਪਣੇ ਆਪ 'ਚ ਬਹੁਤ ਇੱਕ ਟ੍ਰੈਂਡ ਆ ਵੀ। ਅਤੇ ਸਾਰਿਆਂ ਨੂੰ ਤੁਸੀਂ ਨੋਟ ਕਰੋ, ਸਾਰੀ ਬਾਈਕ ਨਾ ਮੈਟੀ ਮੈਟੀ ਆ, ਬਟ ਨਾ ਇੱਕ ਚੀਜ਼ ਨਹੀਂ ਮੈਟੀ, ਉਹ ਹੈਗੀ ਇਹ ਵਾਲੀ, ਆਪਦੀ ਦੇਖੋ ਓਵਲ ਸ਼ੇਪ ਆ, ਅਤੇ ਕਿੰਨੀ ਇਹਨਾਂ ਨੇ ਨਾਲ ਗਲੋਸੀ ਦਿੱਤੀ ਉੱਤੇ ਫਿਨਿਸ਼। ਅਤੇ ਸਾਰੀ ਬਾਈਕ ਮੈਟੀ ਆ, ਬਟ ਇੱਕ ਨਾ ਸਾਰੀ ਬਾਈਕ 'ਚ ਨਾ ਬਸ ਆਹੀ ਇੱਕ ਚੀਜ਼ ਆ ਜਿੱਥੇ ਤੁਹਾਨੂੰ ਗਲੋਸੀ ਦੇਖਣ ਲਈ ਮਿਲੇਗਾ। ਅਤੇ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਕਲੱਚ ਦੀ ਜਾਂ ਦੀ ਬ੍ਰੇਕ ਦੀ, ਆਹ ਤੁਸੀਂ ਦੇਖ ਸਕਦੇ ਜੀ ਹੁਣ ਐਡਜਸਟੇਬਲ ਆ ਗਿਆ ਵਾ, ਹੋਰ ਅੱਗੇ ਪੁੱਛ ਹੋ ਜਾਂਦਾ ਵਾ, ਇੱਧਰੋਂ ਸੈਟਿੰਗ ਹੋ ਜਾਂਦੀ, ਤੁਸੀਂ ਰੋਟੇਟ ਕਰਕੇ ਇਹਨੂੰ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਜੀ। ਫਿਰ ਜੇ ਕਿਸੇ ਨੇ ਵੀ ਆਪਣੇ ਹਿਸਾਬ ਨਾਲ ਚਲਾਉਣਾ, ਤੁਸੀਂ ਦੇਖ ਸਕਦੇ ਇੰਨਾ ਗੈਪ ਚਾਹੀਦਾ ਕਿਸੇ ਨੂੰ ਇੰਨਾ ਚਾਹੀਦਾ, ਕਿਸੇ ਨੂੰ ਇੰਨਾ ਚਾਹੀਦਾ, ਇੰਨਾ ਆਪਾਂ ਹੋਰ ਵਧਾ ਸਕਦੇ ਦੋਵੇਂ ਸਾਈਡਸ ਤੋਂ। ਆਹ ਤੁਸੀਂ ਦੇਖੋ ਚਾਰਜਿੰਗ ਜਿਹੜਾ ਇਹਦਾ ਪੋਰਟ ਹੈਗਾ ਵਾ ਉਹ C2C ਹੈਗਾ ਵਾ, ਇੱਥੇ ਪਲੇਸ ਹੁੰਦਾ ਵਾ। ਅਤੇ ਦੈਨ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਮੀਟਰ ਦੀ,
ਤੇ ਮੀਟਰ ਦੇ ਵਿੱਚ ਤੁਹਾਨੂੰ ਇੱਕ ਬੜੀ ਵਧੀਆ ਚੀਜ਼ ਮੈਂ ਦਿਖਾਉਣਾ, ਬੜੀ ਵਧੀਆ ਚੀਜ਼ ਇਹ 'ਚ ਐਡ ਹੋਈ ਆ। ਸਭ ਤੋਂ ਪਹਿਲਾਂ ਕਰੀਏ ਚਾਬੀ ਔਨ, ਅਤੇ ਜਿਹੜੀ ਚੀਜ਼ ਐਡ ਹੋਈ ਆ ਉਹ ਇਹ ਆ ਵੀ ਤੁਹਾਨੂੰ ਇਹ ਜਗ੍ਹਾ 'ਤੇ ਨਾ, ਆਹ ਤੁਸੀਂ ਦੇਖੋ ਜਿੱਥੇ ਰੋਇਲ ਇਨਫੀਲਡ ਲਿਖਿਆ ਆਉਂਦਾ, ਸਾਰਾ ਟਾਈਮ ਵਗੈਰਾ ਲਿਖਿਆ ਆਉਂਦਾ ਵਾ, ਇੱਥੇ ਤੁਸੀਂ ਆਪਣੇ ਮੋਬਾਈਲ ਦੇ ਨਾਲ ਕਨੈਕਟ ਕਰਕੇ ਤੁਸੀਂ ਇੱਥੇ ਨੈਵੀਗੇਸ਼ਨ ਦੇਖ ਸਕਦੇ ਜੀ। ਮੈਪ ਤੁਸੀਂ ਆਪਣੇ ਜਿੱਥੇ ਵੀ ਤੁਸੀਂ ਜਾਣਾ ਵਾ ਕਿਸੇ ਵੀ ਟ੍ਰਿਪ 'ਤੇ ਤੁਸੀਂ ਇਸੇ ਦੇਖ ਸਕਦੇ ਹੋ, ਬੜੇ ਆਰਾਮ ਨਾਲ ਰਸਤਾ ਦੇਖ ਸਕਦੇ ਜੀ, ਜਿਹੜਾ ਕਿ ਇੱਕ ਬਹੁਤ ਵਧੀਆ ਫੀਚਰ ਆ। ਨਹੀਂ ਤਾਂ ਸਾਨੂੰ ਪੁੱਛਣਾ ਪੈਂਦਾ, ਕੁਛ ਕਰਨਾ ਪੈਂਦਾ, ਹੈ ਨਾ। ਅਤੇ ਹੁਣ ਕਾਰ ਵਾਂਗੂ ਇਹਨਾਂ ਨੇ ਨੈਵੀਗੇਸ਼ਨ ਇੱਥੇ ਦੇ ਦਿੱਤੀ ਆ, ਅਤੇ ਨਾਲ ਹੀ ਤੁਸੀਂ ਤਾਂ ਮੀਟਰ ਚੈੱਕ ਕਰੋ, ਅਤੇ ਜਿਹੜੇ ਇਹਦੇ ਹੈਗੇ ਨਾ ਫਿਊਲ ਦੇ ਇੰਡੀਕੇਸ਼ਨ ਇਹ ਹੋਰ ਛੋਟੇ ਕਰਤੇ ਥੋੜ੍ਹੇ ਜਿਹੇ, ਅਤੇ ਨਾਲ ਹੀ ਤੁਸੀਂ ਦੇਖ ਸਕਦੇ ਜੇ ਜਿਹੜਾ ਵੀ ਤੁਸੀਂ ਗੇਅਰ ਪਾਓਗੇ, ਅਜੇ ਕੋਈ ਗੇਅਰ ਨਹੀਂ ਪਿਆ, ਜ਼ੀਰੋ ਲਿਖਿਆ ਹੋਇਆ ਵਾ ਗੇਅਰ ਜ਼ੀਰੋ, ਤੁਸੀਂ ਕਿਸੇ ਵੀ ਗੇਅਰ 'ਚ ਹੈਗੇ ਜੇ ਗੇਅਰ 1 'ਚ, ਗੇਅਰ 2 'ਚ, ਗੇਅਰ 3 'ਚ, ਅਤੇ ਉੱਥੇ ਇਹ ਪਲੇਸ ਹੋ ਜੂਗਾ, ਉੱਤੇ ਸ਼ੋ ਹੋਊਗਾ ਵੀ ਕਿਹੜੇ ਗੇਅਰ ਦੇ ਵਿੱਚ ਤੁਹਾਡੀ ਬਾਈਕ ਹੈਗੀ ਆ। ਕਿਸੇ ਵੇਲੇ ਬੰਦੇ ਨੂੰ ਭੁੱਲ ਜਾਂਦਾ ਵੀ ਸਾਡੀ ਬਾਈਕ ਕਿਹੜੇ ਗੇਅਰ 'ਚ ਆ, ਅਤੇ ਕਿਸੇ ਵੇਲੇ ਗੇਅਰ ਸ਼ੋਰਟ ਵੀ ਕਰਨਾ ਪੈਂਦਾ, ਅਤੇ ਚਲੋ ਭੁਲੇਖਾ ਨਹੀਂ ਪੈਂਦਾ। ਇਹ ਵੀ ਬਹੁਤ ਵਧੀਆ ਫੀਚਰ ਦਿੱਤਾ ਇਹਨਾਂ ਨੇ। ਦੈਨ ਤੁਹਾਨੂੰ ਸਿੰਪਲ ਕੰਟਰੋਲ ਵੀ ਦੱਸ ਦਈਏ ਇਹਦੇ, ਇੱਥੇ ਤੁਸੀਂ ਦੋਵੇਂ ਇੰਡੀਕੇਟਰ ਜਗਾ ਸਕਦੇ ਆ, ਤੁਸੀਂ ਦੇਖੋ ਜਿਹੜੀ ਕਿ ਨਾਈਟ ਦੇ ਵਿੱਚ ਕਾਫੀ ਸੋਹਣੇ ਲੱਗਦੇ ਆ। ਅਤੇ ਦੈਨ ਹੁਣ ਆਪਾਂ ਕਰ ਦਈਏ ਬੰਦ ਇਹਨੂੰ, ਅਤੇ ਇਸ ਤੋਂ ਬਾਅਦ 'ਚੋਂ ਇਹ ਸਿੰਪਲ ਇੰਡੀਕੇਟਰ ਸੀ ਵਿੱਚ ਲੈਫਟ ਰਾਈਟ, ਇੱਥੇ ਹੋਰਨ, ਹੋਰਨ ਤੁਹਾਨੂੰ ਸੁਣਾ ਰਹੀ ਇਹਦਾ, ਅਤੇ ਦੈਨ ਇਹਦੇ ਲਾਈਟਸ ਦੇ ਕੰਟਰੋਲ, ਅਤੇ ਜਿਹੜਾ ਇਹ ਬਟਨ ਆ ਇਹ ਹੈਗਾ ਦੇ ਮੀਟਰ ਦੇ ਕੰਟਰੋਲ ਦੇ ਲਈ, ਇਹਨੂੰ ਪ੍ਰੈਸ ਕਰੋਗੇ ਇੱਥੇ ਆ ਤੁਸੀਂ ਦੇਖੋ ਚੇਂਜ ਹੋ ਗਿਆ, ਟਾਈਮ ਆ ਗਿਆ, ਦੈਨ ਕਿਲੋਮੀਟਰ ਆ ਗਏ, ਇਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਵਾ। ਅਤੇ ਹੁਣ ਆਪਾਂ ਤੁਹਾਨੂੰ ਨਾ ਬਾਈਕ ਦੀ ਆਵਾਜ਼ ਵੀ ਸੁਣਾ ਦਿੰਦੇ ਹਾਂ, ਇਹਦੀ ਬਾਈਕ ਦੀ ਆਵਾਜ਼ ਇਹਦੀ ਸਾਊਂਡ ਕਿੱਦਾਂ ਦੀ ਕਰਦੀ ਆ। ਅਤੇ ਸਾਈਡ ਦੇਖੋ ਆਪਾਂ ਕਰਾਂਗੇ ਇਹਨੂੰ ਸਟਾਰਟ, ਹੋ ਗਈ ਆ ਸਟਾਰਟ, ਅਤੇ ਹੁਣ ਮੈਂ ਤੁਹਾਨੂੰ ਸਾਊਂਡ ਸੁਣਾਉਂਦਾ ਇਹਦਾ। ਜਿਹੜਾ ਦਾ ਸਾਊਂਡ ਆ ਬਹੁਤ ਹੀ ਸੋਹਣਾ ਸਾਊਂਡ ਆ, ਉੱਦਾਂ ਆਪਾਂ ਸਟੈਂਡਰਡ ਬੁਲਟ ਨੂੰ ਬਾਹਰੋਂ ਸਲੈਂਸਰ ਮੋਡੀਫਾਈ ਆਪਾਂ ਤਾਂ ਕਰਾ ਲੈਂਦੇ ਹਾਂ, ਬਟ ਆਪਾਂ ਜੇ ਕਰੀਏ ਕਲਾਸਿਕ ਦੀ ਗੱਲ, ਅਤੇ ਇਹਦੇ ਵਿੱਚ ਤੁਹਾਨੂੰ ਨਾ ਬਾਹਰੋਂ ਮੇਰੇ ਹਿਸਾਬ ਨਾਲ ਕਰਾਉਣ ਦੀ ਲੋੜ ਤਾਂ ਨਹੀਂ, ਕਿਉਂਕਿ ਪਿੱਛੋਂ ਕੰਪਨੀ ਹੀ ਇੰਨਾ ਬੈਟਰ ਸਲੈਂਸਰ ਦੇ ਦਿੰਦੀ ਆ ਕਿ ਜਿਹੜਾ ਇੱਕ ਕਿ ਬਹੁਤ ਹੀ ਬੈਸਟ ਸਾਊਂਡ ਕ੍ਰੀਏਟ ਕਰਦਾ ਵਾ। ਦੈਨ ਹੁਣ ਆਪਾਂ ਜੇ ਗੱਲ ਕਰੀਏ ਇਹਦੀ ਮਾਈਲੇਜ ਦੀ, ਅਤੇ ਇਸ ਸਾਈਡ ਤੁਸੀਂ ਦੇਖ ਲਓ ਬਾਈਕ, ਜਿਹੜੀ ਬਾਈਕ ਦੀ ਮਾਈਲੇਜ ਆ ਕੰਪਨੀ ਕਲੇਮ ਕਰਦੀ ਆ 40 ਦੀ ਮਾਈਲੇਜ, ਜਿਹੜੀ ਕਿ ਇੱਕ ਬਹੁਤ ਹੀ ਬੈਸਟ ਮਾਈਲੇਜ ਹੈਗੀ ਆ ਇਹਦੇ ਵਾਸਤੇ, ਬੁਲਟ ਦੇ ਵਾਸਤੇ। ਅਤੇ ਹਾਈਵੇ ਦੇ ਵਿੱਚ ਤੁਹਾਨੂੰ ਭਾਵੇਂ ਉਸ ਤੋਂ ਵੀ ਉੱਪਰ ਮਾਈਲੇਜ ਦੇ ਸਕਦੀ ਆ। ਇਹਦੇ ਵਿੱਚ ਤੁਹਾਨੂੰ BS6 ਫੇਸ 2 ਇੰਜਨ ਵੇਖਣ ਲਈ ਮਿਲ ਜਾਣਾ ਵਾ, ਉਹ ਵੀ J-Series ਦੇ ਵਿੱਚ, ਅਤੇ ਜਿਹੜਾ ਕਿ ਬਹੁਤ ਹੀ ਬੈਸਟ ਇੰਜਨ ਹੈ ਇਸ ਟਾਈਮ ਦੇ ਵਿੱਚ। ਦੈਨ ਇਹਦੇ ਆਪਾਂ ਗੱਲ ਕਰੀਏ ਟੈਂਕ ਦੀ, ਅਤੇ ਟੈਂਕ ਦੀ ਇਹਦੀ ਕੈਪੈਸਿਟੀ ਹੈਗੀ 13 ਲੀਟਰ ਦੀ, 13 ਲੀਟਰ ਤੱਕ ਤੁਸੀਂ ਇਹਦੇ ਵਿੱਚ ਫਿਊਲ ਪਵਾ ਸਕਦੇ ਜੀ। ਅਤੇ ਜਿਹੜਾ ਕਿ ਇੱਕ ਬਹੁਤ ਹੀ ਵਧੀਆ ਡਿਸਟੈਂਸ ਉਹਨਾਂ ਤੁਹਾਨੂੰ ਮਿਲ ਜਾਂਦਾ, ਮੇਰੇ ਹਿਸਾਬ ਨਾਲ ਤੁਹਾਨੂੰ ਫੁੱਲ ਟੈਂਕ ਦੇ ਵਿੱਚ 400-450 ਕਿਲੋਮੀਟਰ ਤੱਕ ਇਹ ਚੱਲ ਸਕਦਾ ਵਾ। ਅਤੇ ਹਾਈਵੇ 'ਤੇ ਜਾਂ ਜੇ ਸਿਟੀ 'ਚ ਤੁਹਾਨੂੰ ਪਤਾ ਹੀ ਹੈ ਥੋੜ੍ਹਾ ਜਿਹਾ ਫਿਰ ਘੱਟ ਹੋ ਜਾਂਦਾ ਵਾ। ਤੁਹਾਨੂੰ ਤਾਂ ਹੋਰਨ ਵੀ ਦਿਖਾ ਦਈਏ, ਸਿੰਗਲ ਹੋਰਨ ਤੁਹਾਨੂੰ ਮਿਲਦਾ ਜਿਹੜਾ ਇੱਥੇ ਪਲੇਸ ਹੁੰਦਾ ਵਾ, ਆਹ ਤੁਸੀਂ ਦੇਖ ਸਕਦੇ ਜੀ ਸਿੰਗਲ ਹੋਰਨ ਆ, ਆਹ ਤੁਸੀਂ ਦੇਖੋ। ਜਿਹੜੀ ਇਹ ਬਾਈਕ ਆ ਨਾ, ਇਹ ਬਾਈਕ ਦੀ ਜਿਹੜੀ ਪਾਵਰ ਆ ਉਹ ਸਟੈਂਡਰਡ ਬਾਈਕ ਦੇ ਨਾਲੋਂ ਜ਼ਿਆਦਾ ਵਾ, ਕਿਉਂਕਿ ਕਲਾਸਿਕ ਦੇ ਵਿੱਚ ਨਾ ਥੋੜ੍ਹਾ ਟੋਰਕ ਤੁਹਾਨੂੰ ਜ਼ਿਆਦਾ ਮਿਲ ਜਾਂਦਾ ਇਹਦੇ ਵਿੱਚ। ਅਤੇ ਇੱਕ ਨਾ ਹੋਰ ਗੱਲ ਬੜੀ ਵਧੀਆ ਲੱਗੀ ਮੈਨੂੰ ਵੀ ਇਹਦੇ ਵਿੱਚ ਸਪੋਕਸ ਵੀਲ ਨਹੀਂ ਹੈਗੇ, ਕਿਉਂਕਿ ਉਹਨਾਂ ਫਿਰ ਤੁਹਾਨੂੰ ਟਾਇਰ ਟਿਊਬ ਵਾਲੇ ਮਿਲਦੇ ਆ, ਅਲੋਏ ਵੀਲ ਦੇ ਕਾਰਨ ਤੁਹਾਨੂੰ ਹੁਣ ਟਾਇਰ ਇਹਦੇ ਵਿੱਚ ਟਿਊਬਲੈਸ ਮਿਲਣਗੇ, ਨਹੀਂ ਤਾਂ ਤੁਹਾਨੂੰ ਬਾਹਰੋਂ ਉਹ ਵੀ ਕਰਾਉਣੇ ਪੈਂਦੇ ਸੀ ਮੋਡੀਫਿਕੇਸ਼ਨ ਦੇ ਵਿੱਚ। ਚਲੋ ਉਹ ਵੀ ਇੱਕ ਬੜੀ ਵਧੀਆ ਗੱਲ ਆ। ਅਤੇ ਕਹਿਣ ਦਾ ਮਤਲਬ ਜੇ ਆਪਾਂ ਆਲ ਓਵਰ ਵਿਊ ਦਈਏ ਨਾ ਬਾਈਕ ਦਾ, ਅਤੇ ਬਹੁਤ ਹੀ ਬੈਸਟ ਬਾਈਕ ਆ। ਜੇ ਹੁਣ ਮੈਂ ਤੁਹਾਨੂੰ ਲਾਸਟ ਦਾ ਪ੍ਰਾਈਜ਼ ਦੱਸੂੰਗਾ, ਪ੍ਰਾਈਜ਼ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਜੀ ਕਿ ਬਹੁਤ ਹੀ ਬੈਸਟ ਬਾਈਕ ਆ, ਅਤੇ ਰਾਈਡਿੰਗ ਦੇ ਲਈ ਵੀ ਬਹੁਤ ਬੈਸਟ ਆ, ਅਤੇ ਸਿਟੀ ਦੇ ਲਈ ਵੀ ਬਹੁਤ ਬੈਸਟ ਆ ਇੰਨੇ ਪ੍ਰਾਈਜ਼ ਦੇ ਵਿੱਚ। ਅਤੇ ਖਾਸ ਕਰਕੇ ਜਿਹੜਾ ਇਹਨਾਂ ਨੇ ਕਲਰ ਕੱਟਤਾ ਨਾ ਇਸ ਆਪਣਾ ਸਟੀਲ ਅਤੇ ਬਲੈਕ, ਇਹ ਤਾਂ ਬਹੁਤ ਹੀ ਬੈਸਟ ਕਲਰ ਸਟੀਲ ਅਤੇ ਬਲੈਕ, ਡਿਫਰੈਂਟ ਲੱਗਦੀ ਬਾਈਕ ਸਾਰੀ ਕਲਾਸਿਕ ਦੇ ਵਿੱਚੋਂ ਨਾ।
ਮੈਨੂੰ ਜਿਹੜੀ ਆ ਸਟੀਲ 'ਚ ਬਲੈਕ ਨਾ ਇਹ ਸਭ ਤੋਂ ਬੈਸਟ ਲੱਗਦੀ ਆ। ਉੱਦਾਂ ਇਹਦੇ ਵਿੱਚ ਨਾ 7 ਕਲਰਸ ਆ ਜਾਂਦੇ ਆ, ਬਲੈਕ, ਰੈੱਡ, ਹੈ ਨਾ, ਵੀ ਮਿਲਟਰੀ ਕਲਰ, ਹੋਰ ਵੀ ਕਈ ਕਲਰ ਹੋਣਗੇ, ਬਟ ਜਿਹੜਾ ਇਹ ਕਲਰ ਆ ਇਹ ਤਾਂ ਡਿਫਰੈਂਟ ਹੀ ਕੱਢ ਤਾ ਨੇ ਇਸ ਟਾਈਮ, ਅਤੇ ਬਹੁਤ ਹੀ ਡਿਮਾਂਡ ਦੇ ਵਿੱਚ ਹੈਗਾ ਇਹ ਕਲਰ। ਅਤੇ ਤੁਸੀਂ ਸਾਰੀ ਬਾਈਕ ਦੇਖ ਲਈ ਆ, ਅਤੇ ਹੁਣ ਤੁਹਾਡਾ ਜੇ ਮਨ ਬਣੇ ਤੁਸੀਂ ਇਹਨੂੰ ਲੈਣਾ ਚਾਹੁੰਦੇ ਜੇ, ਅਤੇ ਮੇਰਾ ਜੇ ਮੈਂ ਆਪਣਾ ਰਿਵਿਊ ਦੇਵਾਂ ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਹੀ ਬੈਸਟ ਬਾਈਕ ਆ, ਕਿਉਂਕਿ ਮੈਂ ਆਪ ਖੁਦ ਯੂਜ਼ ਕਰਦਾ ਰੋਇਲ ਇਨਫੀਲਡ ਦੀ ਬਾਈਕ 'ਚ, ਅਤੇ ਕਿਉਂਕਿ ਮੈਨੂੰ ਕਦੀ ਕਿਤੇ ਤੰਗੀ ਨਹੀਂ ਆਈ ਕਿਤੇ ਅੰਦਰ ਬਾਹਰ ਜਾਣ ਲੱਗਿਆਂ, ਅਤੇ ਬਹੁਤ ਹੀ ਰਾਈਡਿੰਗ ਵਾਸਤੇ ਤਾਂ ਖਾਸ ਕਰਕੇ ਮੈਂ ਰਿਕਮੈਂਡ ਕਰੂੰਗਾ। ਤੁਸੀਂ ਇਹ ਬਾਈਕ ਜ਼ਰੂਰ ਬਾਏ ਕਰੋ, ਕਲਾਸਿਕ ਹੋਵੇ, ਸਟੈਂਡਰਡ ਹੋਵੇ, ਕੋਈ ਹੋਵੇ, ਬੈਸਟ ਬਾਈਕਸ ਹੈਗੀਆਂ ਮਾਊਂਟੇਨ 'ਤੇ ਜਾਣਾ ਹੋਵੇ ਕਿਤੇ, ਜਾਂ ਤੁਸੀਂ ਕਿਤੇ ਵੀ ਰਾਈਡ ਕਰਨੀ ਹੋਵੇ। ਅਤੇ ਹੁਣ ਆਪਾਂ ਲਾਸਟ 'ਤੇ ਵੀਰ ਮੇਰੇ ਉਹ ਗੱਲ ਕਰੀਏ, ਰਿਵਿਊ ਦਈਏ ਇੱਕ, ਵੀ ਬਾਈਕ ਨੂੰ ਆਪਾਂ 10 ਚੋਂ ਕਿੰਨੇ ਨੰਬਰ ਦਿੰਦੇ ਹਾਂ। ਮੈਂ ਤੁਹਾਨੂੰ 10 ਚੋਂ 10 ਨੰਬਰ ਦਊਂਗਾ, ਕਿਉਂਕਿ ਮੈਨੂੰ ਤਾਂ ਬਹੁਤ ਹੀ ਪਸੰਦ ਆ ਬਾਈਕ ਰੋਇਲ ਇਨਫੀਲਡ ਵਾਲਿਆਂ ਦੀ, ਕਿਉਂਕਿ ਇੰਨੇ ਪੈਸੇ ਦੇ ਵਿੱਚ ਨਾ ਇੱਕ ਰੋਇਲ ਇਨਫੀਲਡ ਹੀ ਆ ਜਿਹੜੀ ਕਿ ਆਪਾਂ ਜਿੱਤੇ ਆਪਾਂ ਭਰੋਸਾ ਕਰ ਸਕਦੇ ਹਾਂ। ਅਤੇ ਹੁਣ ਮਿੱਤਰੋ ਵੀਰ ਮੇਰੇ ਉਹ ਗੱਲ ਇੱਦਾਂ ਵੀ ਵੀਡੀਓ ਜੇ ਚੰਗੀ ਲੱਗੀ ਆ, ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਇੱਦਾਂ ਦੇ ਹੋਰ ਵੀਡੀਓਸ ਦੇਖਣ ਦੇ ਲਈ। ਅਤੇ ਤੁਸੀਂ ਚਾਹੁੰਦੇ ਜੇ ਕਿ ਤੁਹਾਡੇ ਵਾਸਤੇ ਆਪਾਂ ਕੋਈ ਨਵੀਂ ਗੱਡੀ ਜਾਂ ਨਵੇਂ ਬਾਈਕ ਦਾ ਕਿਸੇ ਦਾ ਵਲੋਗ ਲੈ ਕੇ ਆਈਏ, ਤੁਸੀਂ ਮੈਨੂੰ ਕਮੈਂਟ ਕਰ ਸਕਦੇ ਜੇ, ਆਪਾਂ ਤੁਹਾਡੇ ਲਈ ਉਹੀ ਲੈ ਕੇ ਆਵਾਂਗੇ। ਅਤੇ ਹੁਣ ਵੀਰ ਮੇਰੇ ਕਰੀਏ ਵੀਡੀਓ ਦਾ ਆਪਾਂ ਐਂਡ, ਤੁਹਾਨੂੰ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਜੇ ਤੁਸੀਂ ਮੇਰੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰਿਓ। ਟਾਟਾ ਬਾਏ, ਲਵ ਯੂ ਮੇਰੇ ਸਾਰੇ ਵੀਰਾਂ ਨੂੰ।